ਪਿਛਲੇ ਸਾਲ 18 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਮੂਵੀ ਜੂਨੀਅਰ। ਇਸ ਮੂਵੀ ਦੇ ਵਿੱਚ ਐਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਯੋਗਰਾਜ ਸਿੰਘ, ਪ੍ਰਦੀਪ ਰਾਵਤ, ਪ੍ਰਦੀਪ ਚੀਮਾ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਦੀ ਖੁਦ ਸਟੋਰੀ ਐਮੀਕ ਵਿਰਕ ਵੱਲੋਂ ਹੀ ਲਿਖੀ ਗਈ ਆ। ਇਸ ਮੂਵੀ ਨੂੰ ਜਸਪਾਲ ਸੰਧੂ ਅਤੇ ਹਰਮਨ ਢਿੱਲੋਂ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਜੇ ਗੱਲ ਕਰੀਏ ਇਸ ਮੂਵੀ ਦੀ ਕਹਾਣੀ ਬਾਰੇ, ਤਾਂ ਇਸ ਮੂਵੀ ਦੀ ਕਹਾਣੀ ਹੈ ਕਿ ਇੱਕ ਗੈਂਗਸਟਰ ਸੁਧਰ ਚੁੱਕਾ ਹੈ ਜੋ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ, ਪਰ ਉਸ ਦੇ ਦੁਸ਼ਮਣ ਉਸ ਨੂੰ ਫਿਰ ਗੈਂਗਸਟਰ ਬਣਾਉਣਾ ਚਾਹੁੰਦੇ ਨੇ ਅਤੇ ਉਸ ਦੀ ਕੁੜੀ ਨੂੰ ਉਹ ਕਿਡਨੈਪ ਕਰਦੇ ਨੇ। ਜੋ ਅੱਗੇ ਤੁਸੀਂ ਫਿਲਮ 'ਚ ਵੇਖੋਗੇ ਤੁਹਾਨੂੰ ਕਹਾਣੀ ਬਹੁਤ ਵਧੀਆ ਲੱਗੇਗੀ। ਜੇ ਗੱਲ ਕਰੀਏ ਇਸ ਮੂਵੀ ਦੀ OTT ਦੇ ਬਾਰੇ, ਤਾਂ ਇਸ ਮੂਵੀ ਦੇ OTT ਰਾਈਟ ਐਮਾਜ਼ੋਨ ਪ੍ਰਾਈਮ ਦੇ ਕੋਲ ਨੇ ਅਤੇ ਐਮਾਜ਼ੋਨ ਪ੍ਰਾਈਮ ਨੇ ਬਿਨਾਂ ਅਪਡੇਟ ਕੀਤਿਆਂ ਹੀ ਇਸ ਮੂਵੀ ਨੂੰ ਆਪਣੇ OTT ਪਲੇਟਫਾਰਮ 'ਤੇ ਰਿਲੀਜ਼ ਕਰਤਾ ਹੈ। ਜੇ ਤੁਸੀਂ ਦੇਖਣਾ ਚਾਹੁੰਦੇ ਜੇ ਤਾਂ ਸਾਡੇ ਟੈਲੀਗ੍ਰਾਮ ਚੈਨਲ 'ਤੇ ਜਾ ਕੇ ਇਸ ਮੂਵੀ ਨੂੰ ਤੁਸੀਂ ਦੇਖ ਸਕਦੇ ਜੇ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।